ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣੇ-ਹੁਣੇ ਇੱਥੇ ਫਿਰ ਵਾਪਰਿਆ ਜਹਾਜ਼ ਹਾਸਤਾ ਮੌਕੇ ਤੇ ਨੇ ਲੋਕਾਂ ਦੀ ਹੋਈ ਦਰਦਨਾਕ ਮੌਤ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਇੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਡੋਮਿਨਿਕਨ ਰਿਪਬਲਿਕ ਦੀ ਰਾਸਥਾਨੀ ਸਟੈਨੋ ਡੋਮਿੰਗੋ ਵਿੱਚ ਇੱਕ ਪ੍ਰਾਈਵੇਟ ਜਹਾਜ਼ ਦੇ ਹਾਦਸੇ ਅਗਰਸਤ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਬੁੱਧਵਾਰ ਰਾਤ ਨੂੰ ਲਾਸ ਅਮਰੀਕਨ 에어ਪੋਰਟ ਤੇ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਨਿੱਜੀ ਜਹਾਜ਼ ਕ੍ਰੈਸ਼ ਹੋ ਗਿਆ। ਜਹਾਜ਼ ਦੇ ਆਪਰੇਟਰ ਹੈਲਿਡੋਸਾ ਐਵੀਏਸ਼ਨਸ ਗਰੁੱਪ ਦੇ ਮੁਤਾਬਕ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਟਵਿੱਟਰ ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਵਿੱਚ 7 ਯਾਤਰੀਆਂ ਤੇ ਚਾਲਕਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ ਹੈ ਛੇ ਵਿਦੇਸ਼ੀ ਨਾਗਰਿਕਾਂ ਤੇ ਇੱਕ ਡੋਮਿਨਿਕਨਸੀ ਇਸ ਵਿੱਚ ਇਹ ਵੀ ਕਹਿ ਗਏ ਕਿ ਬਾਕੀ ਛੇ ਯਾਤਰੀਆਂ ਦੀ ਰਾਸ਼ਟਰੀਤਾ ਦਾ ਵਰਣਨ ਨਹੀਂ ਕੀਤਾ ਗਿਆ ਫਲਾਈਟ ਟਾਡਰ 24 ਦੇ ਅਨੁਸਾਰ ਫਲਾਈਟ ਡੋਮਿਨਿਕ ਰਿਪਬਲਿਕ ਦੇ ਲਾ ਇਸਾਬੇਲਾ ਅੰਤਰਰਾਸ਼ੀ ਹਵਾਈ ਅੱਡੇ ਤੋਂ ਫੋਰਿੰਡਾ へ ਜਾ ਰਹੀ ਸੀ ਤੇਜ਼ ਨੇ ਐਮਰਜੈਂਸੀ ਦੇ ਨਾਲ 에어ਲਾਈਨ ਕੰਪਨੀ ਨੇ ਹਾਦਸੇ ਤੋਂ ਬਾਅਦ ਬਿਆਨ ਕਰਦੇ ਚ ਕਿਹਾ ਕਿ ਇਹ ਹਸਾ ਬਹੁਤ ਦੁਖਦਾਈ ਹੈ ਸਾਾਨੂੰ ਜੇ ਇਸ ਸਮੇਂ ਵਿੱਚ ਪੀੜਤ ਪਰਿਵਾਰ ਨਾਲ ਇੱਕ ਜੁਕਤਾ ਵੀ ਸ਼ਾਮਲ ਹੋਣਾ ਚਾਹੀਦਾ ਹੈ ਖਬਰ ਲਾ ਸਕਦੇਖਣ ਲਈ ਤੁਹਾਡਾ